ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਜੀ। ਜਿਸ ਦੇ ਵਿੱਚ ਅਗਰ ਮੈਂ ਗੱਲ ਕਰਾਂ, ਪੰਜਾਬ ਦੇ ਵਿੱਚ 9 ਤਰ੍ਹਾਂ ਦੀਆਂ ਰੈਗੂਲਰ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਜਿਹੜਾ ਜੀ ਆਊਟ ਕਰ ਦਿੱਤਾ ਗਿਆ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਜਿਹਦੇ ਲਈ ਸਿੰਪਲੀ ਤੁਸੀਂ ਗੂਗਲ ਜਾਣਾ ਅਤੇ ਟਾਈਪ ਕਰਨਾ ਜੀ ਮੀਤ ਅਕੈਡਮੀ .in ਅਤੇ ਪਹਿਲੇ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਵੇਗੀ। ਚੈੱਕ ਕਰਕੇ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਅਦਲੀ ਕਰ ਸਕਦੇ ਹੋ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ। ਬਾਕੀ ਤੁਸੀਂ ਕਿਸੇ ਗਵਰਮੈਂਟ ਜੋਬ ਦੀ ਵੀ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ 'ਚ ਅਵੇਲੇਬਲ ਹੈ ਜੀ। ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੋਸਟਾਂ ਦੀ। ਇਹਦੇ ਵਿੱਚ ਰਜਿਸਟਰਾਰ ਦੀ ਪੋਸਟ ਹੈ ਪਹਿਲੀ, ਅਲੱਗ ਅਲੱਗ ਤਰ੍ਹਾਂ ਦੀਆਂ ਪੋਸਟਾਂ ਨੇ ਫਰੈਸ਼ਰ ਐਕਸਪੀਰੀਅੰਸ ਦੋਨਾਂ ਲਈ। ਸੋ ਇਸਦੇ ਵਿੱਚ ਜਿਹੜਾ ਜਿਹੜੀ ਤੁਹਾਡੀ ਸੈਲਰੀ ਹੈ 1,44,000 ਜਿਹੜੀ ਹੈ ਸਟਾਰਟਿੰਗ ਸੈਲਰੀ ਰਹੇਗੀ। ਇੱਕ ਪੋਸਟ ਆਊਟ ਕੀਤੀ ਗਈ ਹੈ, ਠੀਕ ਹੈ ਜੀ। ਸੋ ਜਿਨ੍ਹਾਂ ਦੀ ਅਕੈਡਮਿਕਸ ਜਿਹੜੀਆਂ ਨੇ, ਠੀਕ ਹੈ ਜੀ, ਉਹਨਾਂ ਨੇ ਫੀਲਡ ਹੈਲਥ ਸਾਇੰਸ ਦੇ ਵਿੱਚ ਕੀਤੀ ਹੋਈ ਹੈ, ਠੀਕ ਹੈ ਜੀ, ਔਰ ਉਹਨਾਂ ਦੇ ਪ੍ਰੋਫੈਸਰ ਰੈਂਕ ਤੋਂ ਲੋਅਰ ਨਹੀਂ ਹੈ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। ਮਤਲਬ ਪ੍ਰੋਫੈਸਰ ਰੈਂਕ 'ਤੇ ਹੈਗੇ ਨੇ ਅਤੇ ਹੈਲਥ ਸਾਇੰਸ ਦੇ ਵਿੱਚ ਹੈਗੇ ਨੇ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। ਅਤੇ ਇਸ ਤੋਂ ਬਾਅਦ ਨੈਕਸਟ ਹੈਗੀ ਹੈ ਡੀਨ ਕਾਲਜ ਡਿਵੈਲਪਮੈਂਟ ਦੀ ਪੋਸਟ ਹੈ, ਜਿਸ ਦੇ ਵਿੱਚ ਤੁਹਾਡੀ 15 ਸਾਲ ਦਾ ਟੀਚਿੰਗ ਐਕਸਪੀਰੀਅੰਸ ਅਤੇ 5 ਸਾਲ ਦਾ ਤੁਹਾਡਾ ਐਜ ਆ ਪ੍ਰੋਫੈਸਰ ਦਾ ਹੋਣਾ ਚਾਹੀਦਾ ਹੈ। ਸੋ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਵੀ 1,44,000 ਸੈਲਰੀ ਹੈ, ਇੱਕ ਪੋਸਟ ਜਿਹੜੀ ਹੈ ਤੁਹਾਡੀ ਇਸ ਵਿੱਚ ਹੈਗੀ ਹੈ। ਉਸ ਤੋਂ ਬਾਅਦ ਹੈ ਕੰਟਰੋਲਰ ਆਫ ਐਗਜ਼ਾਮੀਨੇਸ਼ਨ, ਜਿਸ ਵਿੱਚ MD, MSc, MDS ਕੀਤਾ ਹੋਇਆ ਡਿਗਰੀ ਤੁਸੀਂ ਕੀਤੀ ਹੋਈ ਕਿਸੇ ਵੀ ਰੈਕੋਗਨਾਈਜ਼ ਮੈਂਟਲ ਮੈਡੀਕਲ ਡੈਂਟਲ ਕਾਲਜ ਇੰਸਟੀਟਿਊਸ਼ਨ ਤੋਂ ਅਪਲਾਈ ਕਰ ਸਕਦੇ ਹੋ। ਅਤੇ 15 ਈਅਰ ਦਾ ਟੀਚਿੰਗ ਐਕਸਪੀਰੀਅੰਸ ਹੈਗਾ ਹੈ ਅਤੇ 5 ਸਾਲ ਦਾ ਐਜ ਆ ਪ੍ਰੋਫੈਸਰ ਤਾਂ ਅਪਲਾਈ ਕਰ ਸਕਦੇ ਹੋ। ਇਹ 'ਚ ਵੀ ਤੁਹਾਡੀ ਸੈਲਰੀ 1,44,000 ਰਹਿਣ ਵਾਲੀ ਹੈ। ਉਸ ਤੋਂ ਬਾਅਦ ਨੈਕਸਟ ਹੈਗੀ ਹੈ ਜੀ ਸੈਕਟਰੀ ਟੂ ਵਾਈਸ ਚਾਂਸਲਰ, ਮਤਲਬ ਤੁਹਾਡੀ ਸੈਕਟਰੀ ਦੀ ਪੋਸਟ ਹੈ, ਜਿਸ ਵਿੱਚ ਮਾਸਟਰ ਡਿਗਰੀ ਤੁਸੀਂ ਫਸਟ ਡਿਵੀਜ਼ਨ ਨਾਲ ਪਾਸ ਆਊਟ ਕੀਤੀ ਹੈ। MBA ਵਾਲੇ ਕੈਂਡੀਡੇਟ ਨੂੰ ਪ੍ਰੈਫਰੈਂਸ ਮਿਲੇਗੀ। 5 ਈਅਰ ਦਾ ਐਕਸਪੀਰੀਅੰਸ ਐਜ ਆ ਪਰਸਨਲ ਅਸਿਸਟੈਂਟ ਸੁਪਰੀਡੈਂਡੈਂਟ ਯੂਨੀਵਰਸਿਟੀ ਐਜੂਕੇਸ਼ਨ ਇੰਸਟੀਟਿਊਟ ਗਵਰਮੈਂਟ ਆਫ ਪੰਜਾਬ ਸੈਂਟਰ ਗਵਰਮੈਂਟ PSU ਕਾਰਪੋਰੇਸ਼ਨ ਬੋਰਡ MNC ਰਿਪਿਊਟਡ ਕੰਪਨੀਜ਼ ਦੇ ਵਿੱਚ ਹੈਗਾ ਤਾਂ ਅਪਲਾਈ ਕਰ ਸਕਦੇ ਹੋ। ਅਤੇ 1,31,000 ਸੈਲਰੀ ਤੁਹਾਡੀ ਰਹੇਗੀ, ਇੱਕ ਪੋਸਟ ਆਊਟ ਕੀਤੀ ਗਈ ਹੈ। ਉਸ ਤੋਂ ਬਾਅਦ ਆਉਂਦਾ ਜੀ ਫਾਈਨਾਂਸ ਆਫਿਸਰ ਦੀ ਪੋਸਟ ਹੈ, ਜਿਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਤੁਸੀਂ ਕਮਰਸ ਦੇ ਵਿੱਚ ਕੀਤੀ ਹੋਈ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਤਾਂ ਤੁਸੀਂ ਐਜ਼ ਆ ਕੰਟਰੋਲਰ ਜਾਂ ਆਡੀਟਰ ਜਨਰਲ ਹੈਗੇ ਹੋ ਤਾਂ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਤੁਹਾਡੀ 1,18,000 ਸੈਲਰੀ ਰਹੇਗੀ, ਇੱਕ ਪੋਸਟ ਆਊਟ ਕੀਤੀ ਗਈ ਹੈ। ਉਸ ਤੋਂ ਬਾਅਦ ਆਉਂਦਾ ਹੈ ਜੀ ਆਡੀਟਰ ਆਫਿਸਰ ਦੀ ਪੋਸਟ ਹੈ, ਜਿਹੜੀ ਆਊਟ ਕੀਤੀ ਗਈ, ਜਿਸ ਦੇ ਵਿੱਚ ਤੁਸੀਂ ਕਮਰਸ ਵਿੱਚ ਗ੍ਰੈਜੂਏਸ਼ਨ ਜਾਂ ਮਾਸਟਰ ਡਿਗਰੀ ਕਮਰਸ ਦੇ ਵਿੱਚ ਕੀਤੀ ਹੋਈ ਕਿਸੇ ਵੀ ਸਬਜੈਕਟ ਜਿੱਦਾਂ ਇਕਨੋਮਿਕਸ ਦੇ ਨਾਲ ਤਾਂ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ 15 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ। ਇਸਦੇ ਵਿੱਚ ਤੁਹਾਡੀ ਲੈਵਲ 10 ਦੇ ਅਕੋਰਡਿੰਗਲੀ ਸੈਲਰੀ ਜਿਹੜੀ ਹੈ ਇਸ ਦੇ ਵਿੱਚ ਉਹ ਰਹਿਣ ਵਾਲੀ ਹੈ ਜੀ। ਅਤੇ ਇਸ ਤੋਂ ਬਾਅਦ ਨੈਕਸਟ ਹੈਗੀ ਐਗਜ਼ੀਕਿਊਟਿਵ ਇੰਜੀਨੀਅਰ ਦੀ, ਜਿਨ੍ਹਾਂ ਨੇ ਡਿਗਰੀ ਕੀਤੀ ਹੋਈ ਹੈ ਸਿਵਲ ਇੰਜੀਨੀਅਰਿੰਗ ਦੇ ਵਿੱਚ ਅਪਲਾਈ ਕਰ ਸਕਦੇ ਨੇ। ਐਕਸਪੀਰੀਅੰਸ ਹੈਗਾ ਐਜ਼ ਅ SDO ਜਾਂ ਇਸ ਦੇ ਈਕੁਲੈਂਟ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਇਸ ਦੇ ਵਿੱਚ ਲੈਵਲ 10 ਦੇ ਅਕੋਰਡਿੰਗਲੀ ਤੁਹਾਡੀ ਸੈਲਰੀ ਰਹੇਗੀ, ਇੱਕ ਪੋਸਟ ਆਊਟ ਕੀਤੀ ਗਈ ਹੈ। ਲਾਅ ਆਫਿਸਰ ਦੀ ਪੋਸਟ ਹੈ ਜੀ, ਨੈਕਸਟ ਇਸ ਮਾਸਟਰ ਡਿਗਰੀ ਤੁਸੀਂ ਲਾਅ ਦੇ ਵਿੱਚ ਕੀਤੀ ਹੈ। 8 ਈਅਰ ਦਾ ਐਕਸਪੀਰੀਅੰਸ ਐਜ਼ ਅ ਐਡਵੋਕੇਟ ਇਨ ਪੰਜਾਬ ਹਰਿਆਣਾ ਹਾਈ ਕੋਰਟ ਹੈਗਾ ਤਾਂ ਅਪਲਾਈ ਕਰ ਸਕਦੇ ਹੋ। ਇਸ ਦੇ ਵਿੱਚ ਵੀ ਇੱਕ ਪੋਸਟ ਰੱਖੀ ਗਈ ਹੈ ਜੀ। ਉਸ ਤੋਂ ਬਾਅਦ ਹੈਗਾ ਪਬਲਿਕ ਰਿਲੇਸ਼ਨ ਆਫਿਸਰ ਦੀ, ਜਿਨ੍ਹਾਂ ਨੇ ਮਾਸਟਰ ਡਿਗਰੀ ਜਰਨਲਿਜ਼ਮ ਮਾਸ ਕਮਿਊਨੀਕੇਸ਼ਨ 55% ਮਾਰਕਸ ਨਾਲ ਕੀਤੀ ਹੈ ਤਾਂ ਅਪਲਾਈ ਕਰ ਸਕਦੇ ਨੇ। 47,600 ਤੁਹਾਡੀ ਸੈਲਰੀ ਇਸ ਦੇ ਵਿੱਚ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਜੀ। ਇਸ ਦੇ ਵਿੱਚ
ਤੁਸੀਂ ਜਿਹੜਾ ਇਹ ਜੀ ਅਪਲਾਈ ਕਰਨਾ ਹੋਵੇਗਾ, ਤੁਹਾਡੀ ਏਜ 50 ਸਾਲ ਤੱਕ ਦੀ ਹੈਗੀ ਹੈ, ਤੁਸੀਂ ਅਪਲਾਈ ਕਰ ਸਕਦੇ ਹੋ ਅਲੱਗ ਅਲੱਗ ਪੋਸਟ ਦੇ ਲਈ, ਅਲੱਗ ਅਲੱਗ ਜਿਹੜੀ ਹੈ ਜੀ ਤੁਹਾਡੀ ਇਸਦੇ ਵਿੱਚ ਉਹ ਰਹਿਣ ਵਾਲੀ ਹੈ ਜੀ। ਠੀਕ ਹੈ ਜੀ। ਸੋ ਤੁਸੀਂ ਆਪਣੀ ਜਿਹੜੀ ਔਨਲਾਈਨ ਐਪਲੀਕੇਸ਼ਨ ਜਿਹੜੀਆਂ ਨੇ ਪਲੱਸ ਹਾਰਡ ਕਾਪੀ ਜਿਹੜੀਆਂ ਨੇ ਤੁਸੀਂ ਜਿਹੜੀ ਔਨਲਾਈਨ ਐਪਲੀਕੇਸ਼ਨ ਦੀ ਆ ਉਹ ਵੀ ਭੇਜਣੀ ਹੋਵੇਗੀ 17/1/2024 ਤੱਕ। ਅਤੇ ਜਿਹੜੇ ਕੈਂਡੀਡੇਟ ਆਲਰੇਡੀ ਵਰਕਿੰਗ ਨੇ, ਮਤਲਬ ਆਲਰੇਡੀ ਸਰਕਾਰੀ ਜੋਬ 'ਤੇ ਹੈਗੇ ਨੇ, ਉਹ ਪ੍ਰੋਪਰ ਚੈਨਲ ਦੇ ਥਰੂ ਭੇਜਣਗੇ ਬਾਬਾ ਫਰੀ। ਇਹ ਜਿਹੜਾ ਨੋਟੀਫਿਕੇਸ਼ਨ ਹੈ ਜੀ ਬਾਬਾ ਫਰੀ ਯੂਨੀਵਰਸਿਟੀ ਦੇ ਵੱਲੋਂ ਆਊਟ ਜਿਹੜਾ ਇੱਥੇ ਉਹ ਕੀਤਾ ਗਿਆ ਹੈ ਜੀ। ਲਿੰਕ ਸਾਰੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਦੇ ਦਿੱਤੇ ਨੇ, ਚੈੱਕ ਕਰਕੇ ਅਪਲਾਈ ਕਰ ਲਿਓ। ਫਿਰ ਵੀ ਕੋਈ ਡਾਊਟ ਹੋਏ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਜੀ, ਮਿਲਦਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।